ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ। ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ੍ਰਿਸ਼ਟੀ ਰਚਨਾ ਜਾਂ ਇਸ ਬ੍ਰਹਿਮੰਡ ਦੀ ਰਚਨਾ ਕਿਵੇਂ ਹੋਈ। ਕਿਉਂਕਿ ਸਹਿ ਸੁਭਾਅ ਹੀ ਬੰਦੇ ਦੇ ਮਨ ਵਿੱਚ ਕਈ ਵਾਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਧਰਤੀ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਜੀਵ ਜੰਤੂ ਨੇ, ਅਨੇਕਾਂ ਤਰ੍ਹਾਂ ਦੇ ਰੁੱਖ ਬੂਟੇ ਨੇ, ਕੁਦਰਤ ਦੇ ਅਸੀਂ ਅਨੇਕਾਂ ਰੰਗ ਵੇਖਦੇ ਹਾਂ, ਜਾਂ ਜਦੋਂ ਅਸੀਂ ਆਕਾਸ਼ ਵੱਲ ਵੇਖਦੇ ਹਾਂ ਤਾਂ ਸਾਨੂੰ ਕਰੋੜਾਂ ਦੀ ਗਿਣਤੀ ਵਿੱਚ ਤਾਰੇ ਨਜ਼ਰ ਆਉਂਦੇ ਨੇ, ਸੂਰਜ ਵੇਖਦੇ ਹਾਂ, ਚੰਦਰਮਾ ਵੇਖਦੇ ਹਾਂ। ਅਤੇ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਸ ਸਾਰੇ ਦੀ ਰਚਨਾ ਕਦੋਂ ਹੋਈ, ਕਿਵੇਂ ਹੋਈ ਜਾਂ ਕਿਸ ਨੇ ਕੀਤੀ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇਸ ਬ੍ਰਹਿਮੰਡ ਦੀ ਰਚਨਾ ਕਿਸ ਦਿਨ ਹੋਈ ਜਾਂ ਕਿਸ ਰੁੱਤ ਵਿੱਚ ਹੋਈ, ਕਿਸ ਮਹੀਨੇ ਵਿੱਚ ਹੋਈ, ਉਸ ਦਾ ਵਰਣਨ ਗੁਰੂ ਨਾਨਕ ਸਾਹਿਬ ਜੀ ਕਰਦਿਆਂ ਹੋਇਆਂ ਆਪਣੇ ਜਪਜੀ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਨੇ ਕਿ ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਹਾਂ ਕਵਣ ਜਿਤ ਹੋਵਾ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਹਾਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਕਿ ਉਸ ਦਿਨ ਬਾਰੇ, ਉਸ ਰੁੱਤ ਬਾਰੇ, ਉਸ ਮਹੀਨੇ ਬਾਰੇ, ਉਸ ਸਮੇਂ ਬਾਰੇ ਕੋਈ ਵੀ ਨਹੀਂ ਜਾਣਦਾ ਜਦੋਂ ਇਸ ਬ੍ਰਹਿਮੰਡ ਦੀ, ਇਸ ਕਾਇਨਾਤ ਦੀ, ਇਸ ਕੁਦਰਤ ਦੀ ਰਚਨਾ ਹੋਈ। ਕਿਉਂਕਿ ਜੇ ਕੋਈ ਜਾਣਦਾ ਹੁੰਦਾ ਤਾਂ ਕਿਸੇ ਗ੍ਰੰਥ ਵਿੱਚ ਉਸ ਦਿਨ ਦਾ ਜ਼ਿਕਰ ਜ਼ਰੂਰ ਕੀਤਾ ਹੁੰਦਾ, ਕਿਸੇ ਗ੍ਰੰਥ ਦੇ ਵਿੱਚ ਕਿਸੇ ਵਿਦਵਾਨ ਨੇ ਉਸ ਰੁੱਤ ਦਾ ਜ਼ਿਕਰ ਜ਼ਰੂਰ ਕੀਤਾ ਹੁੰਦਾ, ਪਰ ਉਸ ਦਿਨ ਬਾਰੇ, ਉਸ ਰੁੱਤ ਬਾਰੇ, ਉਸ ਮਹੀਨੇ ਬਾਰੇ ਕਿਸੇ ਨੂੰ ਨਹੀਂ ਪਤਾ ਜਦੋਂ ਉਸ ਪਰਮੇਸ਼ਵਰ ਨੇ ਇਸ ਪੂਰੇ ਬ੍ਰਹਿਮੰਡ ਦੀ ਰਚਨਾ ਕੀਤੀ। ਜਦੋਂ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ ਤਾਂ ਸਾਇੰਸ ਨੇ ਜਿਹੜੀ ਬ੍ਰਹਿਮੰਡ ਦੀ ਰਚਨਾ ਦੀ ਖੋਜ ਕੀਤੀ ਹੈ ਉਸ ਨੂੰ ਵਿਗਿਆਨਕਾਂ ਨੇ ਨਾਮ ਦਿੱਤਾ ਹੈ ਦੀ ਬਿਗ ਬੈਂਗ। ਜਦੋਂ ਇਸ ਬ੍ਰਹਿਮੰਡ ਦੀ ਰਚਨਾ ਹੋਈ ਉਹਦੇ ਬਾਰੇ ਸਾਇੰਸ ਇਹ ਗੱਲ ਕਹਿੰਦੀ ਹੈ ਕਿ ਇਸ ਪੂਰੇ ਬ੍ਰਹਿਮੰਡ ਦੀ ਰਚਨਾ, ਇਸ ਪੂਰੀ ਕਾਇਨਾਤ ਦੀ ਰਚਨਾ ਜਿਹੜੀ ਆ ਉਹ ਇੱਕ ਬਿੰਦੂ ਤੋਂ ਹੋਈ, ਇੱਕ ਵਿਸਫੋਟ ਤੋਂ ਹੋਈ। ਸਾਇੰਸ ਕਹਿੰਦੀ ਹੈ ਕਿ ਇੱਕ ਪੁਆਇੰਟ, ਇੱਕ ਬਿੰਦੂ ਜਿਹਦੇ ਵਿੱਚ ਬਹੁਤ ਜ਼ਿਆਦਾ ਐਨਰਜੀ ਸੀ, ਉਹਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੋਇਆ, ਐਕਸਪਲੋਜਨ ਹੋਇਆ। ਸਾਇੰਸ ਕਹਿੰਦੀ ਹੈ ਕਿ ਅੱਜ ਤੋਂ 13.7 ਬਿਲੀਅਨ ਸਾਲ ਪਹਿਲਾਂ ਇੱਕ ਬਹੁਤ ਵੱਡਾ ਐਕਸਪਲੋਜਨ ਜਿਹੜਾ ਉਸ ਪੁਆਇੰਟ, ਉਸ ਬਿੰਦੂ ਵਿੱਚੋਂ ਹੋਇਆ, ਜਿਹਦੇ ਵਿੱਚੋਂ ਇਹ ਜਿਹੜਾ ਪੂਰਾ ਯੂਨੀਵਰਸ ਜੋ ਵੇਖ ਰਹੇ ਹਾਂ ਅਸੀਂ, ਇਹ ਅੱਗੇ ਅੱਗੇ ਫੈਲਣਾ ਸ਼ੁਰੂ ਹੋਇਆ। ਸਾਇੰਸ ਕਹਿੰਦੀ ਹੈ ਕਿ ਜਦੋਂ ਉਹ ਧਮਾਕਾ ਹੋਇਆ ਜਿਹਨੂੰ ਸਾਇੰਸ ਨੇ ਨਾਮ ਦਿੱਤਾ ਹੈ ਦੀ ਬਿਗ ਬੈਂਗ ਦਾ, ਜਿਸ ਤੋਂ ਇਹ ਸਾਰੇ ਗ੍ਰਹਿ, ਸਾਰੇ ਪਲੈਨਟਸ, ਜਿੰਨੇ ਵੀ ਅਸੀਂ ਇਹ ਤਾਰੇ, ਸੂਰਜ, ਚੰਦਰਮਾ ਜੋ ਕੁਝ ਵੇਖਦੇ ਹਾਂ, ਉਸ ਤੋਂ ਬਾਅਦ ਹੋਂਦ ਵਿੱਚ ਆਏ। ਦੀ ਬਿਗ ਬੈਂਗ ਦੀ ਥਿਊਰੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਐਕਸਪਲੋਜਨ ਹੋਇਆ ਤਾਂ ਉਦੋਂ ਤੋਂ ਇਹ ਜਿਹੜਾ ਸਾਰਾ ਵਿਸਥਾਰ ਹੈ ਬ੍ਰਹਿਮੰਡ ਦਾ, ਇਹ ਫੈਲਣਾ ਸ਼ੁਰੂ ਹੋ ਗਿਆ। ਕਿਉਂਕਿ ਅਰਬਾਂ ਸਾਲ ਤੱਕ ਇਹ ਜਿਹੜਾ ਉਹ ਫੈਲਦਾ ਰਿਹਾ। ਵੈਸੇ ਤਾਂ ਸਾਇੰਸ ਕਹਿੰਦੀ ਹੈ ਕਿ ਹੁਣ ਵੀ ਇਹ ਪੂਰਾ ਜਿਹੜਾ ਬ੍ਰਹਿਮੰਡ ਹੈ ਇਹ ਫੈਲ ਰਿਹਾ, ਹੁਣ ਵੀ ਇਹ ਵੱਧ ਰਿਹਾ, ਹੁਣ ਵੀ ਇਹ ਬਹੁਤ ਜ਼ਿਆਦਾ ਫੈਲ ਰਿਹਾ, ਸਾਇੰਸ ਇਹ ਗੱਲ ਕਹਿੰਦੀ ਹੈ। ਜਦੋਂ ਫਿਰ ਇਹ ਸਾਰਾ ਐਕਸਪਲੋਜਨ ਹੋਇਆ, ਇਹ ਧਮਾਕਾ ਹੋਇਆ, ਅਤੇ ਇਹਦੇ ਵਿੱਚੋਂ ਫਿਰ ਇਹ ਸੂਰਜ, ਤਾਰੇ, ਚੰਦਰਮਾ, ਇਹ ਸਭ ਕੁਝ ਹੋਂਦ ਵਿੱਚ ਆਇਆ। ਅਤੇ ਸ਼ੁਰੂ ਵਿੱਚ ਜਿਹੜੀ ਸਾਡੀ ਧਰਤੀ ਸੀ ਜਦੋਂ ਹੋਂਦ ਵਿੱਚ ਆਈ ਤਾਂ ਇਹ ਬਹੁਤ ਜ਼ਿਆਦਾ ਗਰਮ ਸੀ, ਜਿਹੜਾ ਇਹਦਾ ਟੈਂਪਰੇਚਰ ਸੀ ਉਹ ਕਈ ਹਜ਼ਾਰ ਡਿਗਰੀ ਦੇ ਵਿੱਚ ਸੀ, ਜਾਂ ਅਸੀਂ ਕਈ ਲੱਖ ਡਿਗਰੀ ਦੇ ਵਿੱਚ ਵੀ ਕਹਿ ਸਕਦੇ ਹਾਂ। ਫਿਰ ਸਾਇੰਸ ਕਹਿੰਦੀ ਹੈ ਕਿ ਗੈਂਸਾਂ ਬਣੀਆਂ, ਬਹੁਤ ਸਾਰੀਆਂ ਗੈਂਸ ਜਿਹੜੀਆਂ ਨੇ ਆਪਸ ਵਿੱਚ ਇਕੱਠੀਆਂ ਹੋਈਆਂ, ਬੱਦਲ ਬਣੇ, ਔਰ ਕਈ ਕਰੋੜਾਂ ਸਾਲਾਂ ਤੱਕ ਬਰਸਾਤ ਜਿਹੜੀ ਆ ਉਹ ਹੁੰਦੀ ਰਹੀ। ਸਾਡੀ ਧਰਤੀ ਹੌਲੀ ਹੌਲੀ ਠੰਡੀ ਹੋਣੀ ਸ਼ੁਰੂ ਹੋਈ, ਅਤੇ ਹੁਣ ਵੀ ਤੁਸੀਂ ਵੇਖਦੇ ਹੋ ਕਿ ਜਿਹੜੀ ਸਾਡੀ ਧਰਤੀ ਹੈ, ਜਿਹੜੀ ਇਹਦੀ ਅੰਦਰਲੀ ਗਹਿਰੀ ਪਰਤ ਹੈ, ਉਹ ਬਹੁਤ ਜ਼ਿਆਦਾ ਗਰਮ ਹੈ। ਇਸ ਕਰਕੇ ਕਈ ਦੇਸ਼ਾਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਅੱਜ ਵੀ ਕਈ ਜਗ੍ਹਾ 'ਤੇ ਇਸ ਧਰਤੀ 'ਤੇ ਜਵਾਲਾਮੁਖੀ ਜੋ ਹਨ ਉਹ ਫਟਦੇ ਰਹਿੰਦੇ ਹਨ। ਸਾਇੰਸ ਕਹਿੰਦੀ ਹੈ ਕਿ ਕਰੋੜਾਂ ਸਾਲਾਂ ਦੀ ਬਰਸਾਤ ਤੋਂ ਬਾਅਦ ਪਹਿਲਾ ਜੀਵ ਜਿਹੜਾ ਉਹ ਇਸ ਧਰਤੀ 'ਤੇ ਪਾਣੀ ਦੇ ਵਿੱਚ ਪੈਦਾ ਹੋਇਆ, ਅਤੇ ਉਸ ਤੋਂ ਬਾਅਦ ਅੱਗੇ ਫਿਰ ਜੀਵਾਂ ਦੇ ਜੀਵਨ ਦੀ ਜਿਹੜੀ ਆ ਸ਼ੁਰੂਆਤ ਹੋਈ, ਅਨੇਕਾਂ ਤਰ੍ਹਾਂ ਦੇ ਰੁੱਖ ਬੂਟੇ, ਬਨਸਪਤੀ ਅਤੇ ਅਨੇਕਾਂ ਜੀਵ ਪੈਦਾ ਹੋਏ। ਸਾਇੰਸ ਜਦੋਂ ਦੀ ਬਿਗ ਬੈਂਗ ਥਿਊਰੀ ਦੀ ਗੱਲ ਕਰਦੀ ਹੈ ਜਾਂ ਇਸ ਬ੍ਰਹਿਮੰਡ ਦੀ ਰਚਨਾ ਦੀ ਗੱਲ ਕਰਦੀ ਹੈ ਤਾਂ ਸਾਇੰਸ ਇੱਕ ਬਿੰਦੂ 'ਤੇ ਜਾ ਕੇ, ਇੱਕ ਪੁਆਇੰਟ 'ਤੇ ਜਾ ਕੇ ਰੁਕ ਜਾਂਦੀ ਹੈ। ਪਰ ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਉਸ ਪੁਆਇੰਟ ਨੂੰ, ਉਸ ਬਿੰਦੂ ਨੂੰ, ਜਾਂ ਜਿੱਥੇ ਇਹ ਵਿਸਫੋਟ ਹੋਇਆ, ਜਿਹਦੇ ਵਿੱਚੋਂ ਇਹ ਧਮਾਕਾ ਹੋਇਆ, ਐਕਸਪਲੋਜਨ ਹੋਇਆ, ਉਹਨੂੰ ਕਿਸਨੇ ਬਣਾਇਆ, ਜਾਂ ਉਸ ਤੋਂ ਪਹਿਲਾਂ ਕੀ ਸੀ। ਨੈਚੁਰਲੀ ਇੱਕ ਜਿਹੜਾ ਕੁਸ਼ਚਨ ਹੈ ਮਨ ਵਿੱਚ ਪੈਦਾ ਹੁੰਦਾ ਹੈ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਇਸ ਤੋਂ ਵੀ ਪਿੱਛੇ ਚਲੇ ਜਾਂਦੇ ਨੇ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1035 ਦੇ ਉੱਤੇ ਦਰਜ ਹੈ। ਉਹਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਕਹਿੰਦੇ ਜਦੋਂ ਇਹ ਪੂਰੀ ਧਰਤੀ, ਇਹ ਸੂਰਜ ਚੰਦਰਮਾ ਬ੍ਰਹਿਮੰਡ, ਇਹ ਪੂਰੀ ਕਾਇਨਾਤ ਕੁਝ ਵੀ ਨਹੀਂ ਸੀ, ਪਰਮਾਤਮਾ ਉਦੋਂ ਵੀ ਸੀ। ਅਰਬਾਂ ਖਰਬਾਂ ਸਾਲਾਂ ਤੱਕ ਬਿਲਕੁਲ ਅੰਧਕਾਰ ਹਨੇਰਾ ਛਾਇਆ ਹੋਇਆ ਸੀ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਧੁੰਦੂਕਾਰਾ ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਹੈ। ਧੁੰਦੂਕਾਰਾ ਕਿਹਾ ਜਿੱਥੇ ਕੁਝ ਵੀ ਵੇਖਿਆ ਨਹੀਂ ਜਾ ਸਕਦਾ, ਬਿਲਕੁਲ ਹਨੇਰਾ, ਕਿਉਂਕਿ ਸੂਰਜ ਹੀ ਨਹੀਂ ਸੀ ਅਤੇ ਫਿਰ ਪ੍ਰਕਾਸ਼ ਹੋਣ ਦਾ, ਪ੍ਰਕਾਸ਼ ਦੇ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਸਤਿਗੁਰੂ ਕਹਿੰਦੇ ਨੇ ਨਾ ਧਰਤੀ ਸੀ, ਨਾ ਦਿਨ ਸੀ, ਨਾ ਰਾਤ ਸੀ, ਨਾ ਸਮਾਂ ਸੀ, ਕਿਉਂਕਿ ਸੂਰਜ ਹੀ ਨਹੀਂ ਸੀ, ਫਿਰ ਦਿਨ ਰਾਤ ਦਾ ਜਾਂ ਸਮੇਂ ਦੇ ਹੋਣ ਦਾ ਵੀ ਕੋਈ ਸਵਾਲ ਨਹੀਂ ਪੈਦਾ ਹੁੰਦਾ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਨੇ ਪਰਮਾਤਮਾ ਉਦੋਂ ਵੀ ਸੀ ਜਦੋਂ ਇਹ ਪੂਰੇ ਬ੍ਰਹਿਮੰਡ ਦੀ ਰਚਨਾ ਨਹੀਂ ਸੀ ਹੋਈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਹ ਵੀ ਕਹਿੰਦੇ ਨੇ 36 ਯੁੱਗ ਵਰਤੇ ਗੁਬਾਰੇ, ਤਾੜੀ ਲਾਈ ਸਿਰਜਣ ਹਾਰੇ। ਅਤੇ ਪਾਤਸ਼ਾਹ ਜੀ ਨੇ ਜਦੋਂ ਇਸ ਬ੍ਰਹਿਮੰਡ ਦੇ ਰਚਨਾ ਦੀ ਗੱਲ ਕੀਤੀ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਏਕੋ ਕਵਾਓ ਕੀਤਾ ਪਸਾਓ, ਤਿਸਤੇ ਹੋਏ ਲੱਖ ਦਰਿਆਓ। ਜਪਜੀ ਸਾਹਿਬ ਵਿੱਚੋਂ ਅਸੀਂ ਰੋਜ਼ ਪੜ੍ਹਦੇ ਹਾਂ ਕਿ ਸਾਰੇ ਕੁਝ ਦੀ ਰਚਨਾ ਇੱਕੋ ਹੁਕਮ ਦੇ ਨਾਲ ਹੋ ਗਈ, ਇੱਕੋ ਹੁਕਮ ਦੇ ਵਿੱਚ, ਵਾਹਿਗੁਰੂ ਦੇ ਇੱਕੋ ਹੁਕਮ ਨਾਲ ਪੂਰੀ ਕਾਇਨਾਤ, ਜਿਹੜਾ ਇਹ ਪੂਰਾ ਬ੍ਰਹਿਮੰਡ ਹੈ, ਇਹਦੀ ਰਚਨਾ ਹੋਈ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਬ੍ਰਹਿਮੰਡ ਦੀ ਰਚਨਾ ਨੂੰ, ਜਿਹਨੂੰ ਸਾਇੰਸ ਨੇ ਦੀ ਬਿਗ ਬੈਂਗ ਥਿਉਰੀ ਦਾ ਨਾਮ ਦਿੱਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨੂੰ ਉਦਕਰਖ ਕਹਿੰਦੇ ਨੇ। ਜਬ ਉਦਕਰ ਕਰਾ ਕਰਤਾਰਾ, ਪਰਜਾ ਧਰ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਗੁਰੂ ਨਾਨਕ ਸਾਹਿਬ ਇਹ ਵੀ ਕਹਿੰਦੇ ਨੇ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸਹਿਲ ਯੁਗ ਭਏ, ਓਅੰਕਾਰ ਬੇਦ ਨਿਰਮਏ। ਪਾਤਸ਼ਾਹ ਕਹਿੰਦੇ ਨੇ ਕਿ ਸਾਰੇ ਕੁਝ ਦੀ ਰਚਨਾ ਇੱਕ ਓਅੰਕਾਰ ਦੇ ਵਿੱਚੋਂ ਹੋਈ ਹੈ, ਕਿਉਂਕਿ ਇੱਕ ਓਅੰਕਾਰ ਉਸ ਪਰਮਾਤਮਾ ਦਾ ਨਾਮ ਹੈ, ਉਸ ਪਰਮਾਤਮਾ ਨੂੰ ਇੱਕ ਓਅੰਕਾਰ ਆਖਿਆ ਗਿਆ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ੁਰੂਆਤ ਆਰੰਭਤਾ ਵੀ ਇੱਕ ਓਅੰਕਾਰ ਤੋਂ ਹੁੰਦੀ ਹੈ, ਅਤੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਇੱਕ ਓਅੰਕਾਰ ਦੀ ਹੀ ਪਰਿਕਰਮਾ ਕਰਦੀ ਹੈ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਪੂਰੇ ਬ੍ਰਹਿਮੰਡ ਦੀ ਰਚਨਾ ਇੱਕ ਓਅੰਕਾਰ 'ਚੋਂ ਹੋਈ ਹੈ। ਇਸਲਾਮ ਕਹਿੰਦਾ ਕਿ ਇਸ ਬ੍ਰਹਿਮੰਡ ਦੀ ਰਚਨਾ ਕੁੰਨ ਸ਼ਬਦ ਵਿੱਚੋਂ ਹੋਈ ਹੈ। ਹਿੰਦੂ ਧਰਮ ਕਹਿੰਦਾ ਕਿ ਇਸ ਬ੍ਰਹਿਮੰਡ ਦੀ ਰਚਨਾ ਓਮ ਦੇ ਵਿੱਚੋਂ ਹੋਈ ਹੈ। ਅਤੇ ਸਾਇੰਸ ਨੇ ਜਿਹੜੀ ਥਿਉਰੀ ਹੁਣ ਦਿੱਤੀ ਹੈ ਕਿ ਇੱਕ ਵਿਸਫੋਟ ਦੇ ਵਿੱਚੋਂ ਇਹ ਸਾਰੇ ਬ੍ਰਹਿਮੰਡ ਦੀ ਰਚਨਾ ਹੋਈ, ਅਤੇ ਅਰਬਾਂ ਸਾਲਾਂ ਤੱਕ ਇਹ ਸਭ ਕੁਝ ਫੈਲਦਾ ਰਿਹਾ, ਇਹ ਤਾਰੇ ਜੋ ਪਹਿਲਾਂ ਬਹੁਤ ਨੇੜੇ ਸਨ ਹੌਲੀ ਹੌਲੀ ਦੂਰ ਫੈਲਦੇ ਗਏ, ਦੂਰ ਹੁੰਦੇ ਗਏ, ਅਤੇ ਹੁਣ ਵੀ ਇਹ ਜਿਹੜਾ ਫੈਲਾਵ ਹੈ ਵੱਧ ਰਿਹਾ ਹੈ। ਫਿਰ ਗੈਂਸਾਂ ਬਣੀਆਂ, ਬਰਸਾਤ ਹੋਈ, ਅਤੇ ਬਰਸਾਤ ਵਿੱਚ ਪਹਿਲਾ ਜੀਵ ਪੈਦਾ ਹੋਇਆ। ਅਤੇ ਗੁਰੂ ਨਾਨਕ ਸਾਹਿਬ ਤਾਂ ਬਹੁਤ ਸਮਾਂ ਪਹਿਲਾਂ ਹੀ ਇਹ ਬਚਨ ਕਰ ਗਏ ਕਿ ਸਾਚੇ 'ਤੇ ਪਵਣਾ ਭਇਆ, ਪਵਣੇ 'ਤੇ ਜਲ ਹੋਏ, ਜਲ 'ਤੇ ਤਿਰਭਵਣ ਸਾਜਿਆ, ਘੱਟ ਘੱਟ ਜੋਤ ਸਮੋਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਉਸ ਪਰਮੇਸ਼ਵਰ ਨੇ ਪਵਣ ਪੈਦਾ ਕੀਤੀ, ਪਵਨ ਤੋਂ ਬਾਅਦ ਜਲ ਬਣਿਆ, ਅਤੇ ਜਲ ਦੇ ਵਿੱਚੋਂ ਅਨੇਕਾਂ ਤਰ੍ਹਾਂ ਦੇ ਜੀਵ ਜੰਤੂ ਪੈਦਾ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵੀ ਗੱਲ ਕਹਿੰਦੇ ਨੇ ਕਿ ਜੈਸੇ ਏਕ ਆਗ 'ਤੇ ਕਨਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੈਂ ਮਿਲਾ ਹੈਂਗੇ, ਜੈਸੇ ਏਕ ਨਦ 'ਤੇ ਤਰੰਗ ਕੋਟ ਉਪਜਦ ਹੈ, ਪਾਣ ਕੇ ਤਰੰਗ ਸਭੈ ਪਾਣ ਹੀ ਕਹਾ ਹੈਂਗੇ, ਤੈਸੇ ਵਿਸਵ ਰੂਪ 'ਤੇ ਅਪੂਤ ਪੂਤ ਪ੍ਰਗਟ ਹੋਵੇ, ਤਾਂ ਹੀ ਤੇ ਉਪਜ ਸਭੈ ਤਾਂ ਹੀ ਮੈਂ ਸਮਾ ਹੈਂਗੇ। ਕਿ ਸਾਰਾ ਕੁਝ ਉਸ ਪਰਮਾਤਮਾ ਨੇ ਪੈਦਾ ਕੀਤਾ, ਅਤੇ ਸਾਰਾ ਕੁਝ ਉਹ ਪਰਮਾਤਮਾ ਆਪ ਹੀ ਖਤਮ ਕਰਨ ਵਾਲਾ, ਆਪ ਹੀ ਮਿਟਾਉਣ ਵਾਲਾ, ਆਪ ਹੀ ਪੈਦਾ ਕਰਦਾ ਅਤੇ ਆਪ ਹੀ ਮਿਟਾ ਦਿੰਦਾ। ਅਰਬਾਂ ਖਰਬਾਂ ਸਾਲ ਪਹਿਲਾਂ ਉਸਨੇ ਇਸ ਪੂਰੇ ਬ੍ਰਹਿਮੰਡ ਦੀ ਰਚਨਾ ਕੀਤੀ, ਅਤੇ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਦਕਰਖ ਦਾ ਨਾਮ ਦੇ ਰਹੇ ਨੇ, ਅਤੇ ਜਦੋਂ ਮਿਟਾਉਣ ਦੀ ਗੱਲ ਆਉਂਦੀ ਹੈ ਉਹਨੂੰ ਆਕਰਖ ਕਹਿੰਦੇ ਨੇ, ਅਤੇ ਸਾਇੰਸ ਉਸ ਥਿਉਰੀ ਨੂੰ ਕਹਿੰਦੀ ਹੈ ਦੀ ਬਿਗ ਬੈਂਗ, ਅਤੇ ਜਦੋਂ ਸੰਸਾਰ ਦੇ ਮਿਟਣ ਦੀ ਗੱਲ ਚੱਲਦੀ ਹੈ ਅਤੇ ਸਾਇੰਸ ਉਹਨੂੰ ਕਹਿੰਦੀ ਹੈ ਦੀ ਬਿਗ ਹੋਲ, ਜਦੋਂ ਸਾਰਾ ਕੁਝ ਮਿਟ ਜਾਂਦਾ, ਕਿਤੋਂ ਸ਼ੁਰੂਆਤ ਹੁੰਦੀ ਹੈ ਅਤੇ ਕਿਤੇ ਜਾ ਕੇ ਅੰਤ ਹੋ ਜਾਂਦਾ। ਸੋ ਇਹ ਸੀ ਇਸ ਬ੍ਰਹਿਮੰਡ ਦੀ ਰਚਨਾ ਦਾ ਜ਼ਿਕਰ ਜੋ ਗੁਰਬਾਣੀ ਦੇ ਵਿੱਚ ਆਇਆ, ਜਾਂ ਜੋ ਸਾਇੰਸ ਕਹਿੰਦੀ ਹੈ ਉਹ ਆਪਸ ਵਿੱਚ ਬਹੁਤ ਜ਼ਿਆਦਾ ਮੇਲ ਖਾਂਦਾ। ਤੁਸੀਂ ਸੁਣ ਹੀ ਲਿਆ ਕਿ ਸਾਇੰਸ ਦੀ ਥਿਊਰੀ ਦੀ ਬਿਗ ਬੈਂਗ ਇਸ ਬ੍ਰਹਿਮੰਡ ਦੀ ਰਚਨਾ ਬਾਰੇ ਕੀ ਕਹਿੰਦੀ ਹੈ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਕੀ ਕਹਿੰਦੇ ਨੇ। ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ। ਜੇ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਸ਼ੇਅਰ
कमेंट जरूर कर दिओ, साढ़े चैनल नू भी सबसक्राइब कर लवो ताकि साड़ियाँ होर वीडियो भी तुहाडे तक सब तो पहला पहुँच सकन। वाहिगुरू जी का खालसा, वाहिगुरू जी की फतह।